ਪੰਜਾਬ ਵਿੱਚ ਕਰਜ਼ੇ ਦੇ ਥੱਲੇ ਦੱਬ ਕੇ ਖੁਦਕੁਸ਼ੀਆਂ ਕਰਨ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੇ ਮੁਆਵਜ਼ਾ ਤੇ ਨੌਕਰੀ ਸਮੇਤ ਕਿਸਾਨੀ ਨਾਲ ਜੁੜੀਆਂ ਹੋਰ ਮੰਗਾਂ ਨੂੰ ਲੈ ਕੇ ਅੱਜ ਕਿਸਾਨਾਂ ਨੇ ਪੂਰੇ ਪੰਜਾਬ ਵਿੱਚ ਰੋਸ ਪ੍ਰਦਰਸ਼ਨ ਕੀਤਾ। ਸੰਗਰੂਰ ਵਿੱਚ ਵੀ ਸੈਂਕੜੇ ਕਿਸਾਨਾਂ ਨੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਦੇ ਸਾਹਮਣੇ ਧਰਨਾ ਦੇ ਕੇ ਸਰਕਾਰ ਦੇ ਖਿਲਾਫ਼ ਆਵਾਜ਼ ਬੁਲੰਦ ਕੀਤੀ ਹੈ। ਇਸ ਮੌਕੇ ਕਰਜ਼ੇ ਥੱਲੇ ਦੱਬ ਕੇ ਖੁਦਕੁਸ਼ੀ ਕਰਨ ਵਾਲੇ ਕਿਸਾਨਾਂ ਦੀਆਂ ਮਹਿਲਾਵਾਂ ਨੇ ਖੁਦਕੁਸ਼ੀ ਕਰਨ ਵਾਲੇ ਕਿਸਾਨਾਂ ਦੀਆਂ ਫੋਟੋਆਂ ਨੂੰ ਹੱਥਾਂ 'ਚ ਚੁੱਕ ਕੇ ਸਰਕਾਰ ਦੇ ਖਿਲਾਫ਼ ਗੁੱਸਾ ਜ਼ਾਹਿਰ ਕੀਤਾ। ਇਹ ਕਰਜ਼ੇ ਦੇ ਵਿੱਚ ਵਾੜਿਆ ਸਰਕਾਰ ਨੇ, ਗਲਤ ਕਾਨੂੰਨੀਆਂ ਲੈ ਕੇ, ਗਲਤ ਗੱਲਾਂ ਲੈ ਕੇ ਜਿਹੜਾ ਕਰਜ਼ੇ ਦੇ ਵਿੱਚ ਪੀੜਿਤ ਕੀਤਾ ਪੰਜਾਬ ਨੂੰ। ਲੋਕਾਂ ਨੇ, ਕਿਸਾਨਾਂ ਨੇ ਐਡੀ ਵੱਡੀ ਕਮਾਈ ਕਰੀ, ਜਦੋਂ ਹਰੀ ਕ੍ਰਾਂਤੀ ਆਈ ਨਾਅਰੇ ਦੇ ਕੇ ਇਹਨਾਂ ਨੇ ਪਾਸ ਕੀਤੀ ਇੱਥੇ, ਵੀ ਵੱਡੀ ਮਿਹਨਤ ਕੀਤੀ ਹੈ, ਦਾਣਿਆਂ ਦੇ ਢੇਰ ਲਾ ਤੇ ਮੰਡੀਆਂ ਭਰਤੀਆਂ, ਪਰ ਇੱਥੇ ਬਣਿਆ ਕਿ ਇੱਥੇ ਸਾਡੀ ਧਰਤੀ ਵੀ ਜ਼ਹਿਰੀਲੀ ਹੋ ਗਈ, ਇੱਥੇ ਲੋਕ ਵੀ ਕਰਜ਼ਈ ਹੋ ਗਏ। ਕਰਜ਼ਈ ਹੋ ਕੇ ਜਦੋਂ ਕਰਜ਼ਾ ਮੁੜਿਆ ਨਹੀਂ, ਗਲ ਗਲ ਕਰਜ਼ਾ ਚੜ੍ਹ ਗਿਆ, ਹੁਣ ਉਹ ਲੋਕ ਜ਼ਮੀਨ ਘਟਦੀ ਤੁਰੀ ਜਾਂਦੀ ਹੈ, ਰਬੜ ਤਾਂ ਇਹ ਨਹੀਂ ਵੀ ਵਧੀ ਜਾਊਗੀ, ਪਰ ਕਮਾਈ ਇੰਨੀ ਕਰਕੇ ਲੋਕਾਂ ਨੇ ਦਾਣਾ ਸਰਕਾਰ ਦੇ ਭੰਡਾਰ ਭਰਤੇ, ਪਰ ਕਰਜ਼ਾ ਗਲ ਗਲ ਚੜ੍ਹ ਗਿਆ। ਉਹ ਕਰਜ਼ਾ ਅੱਜ ਲੋਕਾਂ ਦਾ ਕਾਰਨ ਬਣਿਆ, ਜਿਹੜੀਆਂ ਇੱਥੇ ਸਾਡੇ ਇਕੱਠ ਦੇ ਵਿੱਚ ਸਾਡੀਆਂ ਭੈਣਾਂ ਬੈਠੀਆਂ ਨੇ, ਆਹ ਤਖਤੀਆਂ ਲਈ ਬੈਠੇ ਨੇ ਹੱਥਾਂ ਦੇ ਵਿੱਚ, ਉਹ ਸਾਡੇ ਦਾ ਕੋਈ ਨੌਜਵਾਨ ਲੜਕਾ ਮਰ ਗਿਆ, ਕੋਈ ਉਹਨਾਂ ਦਾ ਪਤੀ ਮਰ ਗਿਆ ਕਿਸੇ ਦਾ, ਕੋਈ ਭਾਈ ਚਲਿਆ ਗਿਆ, ਅੱਜ ਉਹ ਸਰਕਾਰ ਤੋਂ ਮੰਗ ਕਰਦੇ ਨੇ ਵੀ ਕਰਜ਼ੇ ਤੋਂ ਪੀੜਿਤ ਹੋ ਕੇ ਸਰਕਾਰ ਦੀਆਂ ਗਲਤ ਨੀਤੀਆਂ ਕਰਕੇ ਇਹ ਕਰਜ਼ਾ ਚੜ੍ਹਿਆ। ਉਹ ਕਰਜ਼ੇ ਦੇ ਕਾਰਨ ਉਹਨਾਂ ਨੇ ਖੁਦਕੁਸ਼ੀ ਕੀਤੀ ਹੈ। ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਵੀ ਜੋ ਸਰਕਾਰ ਬੋਲੀ ਹੈ ਵੀ ਅਸੀਂ 3 ਲੱਖ ਰੁਪਇਆ ਮੁਆਵਜ਼ਾ ਦੇਵਾਂਗੇ, ਇੱਕ ਸਰਕਾਰੀ ਨੌਕਰੀ ਦੇਵਾਂਗੇ, ਸਾਡੀ ਇਹ ਮੰਗ ਹੈ। ਅਸੀਂ ਸਾਡੇ ਸਾਰੇ ਪੰਜਾਬ ਦੇ ਵਿੱਚ ਪ੍ਰੋਗਰਾਮ ਜਿਹੜੇ ਚੱਲ ਰਹੇ ਜਾਂ ਹੈੱਡਕੁਆਰਟਰ ਦੇ ਏਡੀਸੀਆਂ ਦੇ, ਸਾਡਾ ਇੱਕ ਦਿਨ ਦਾ ਪ੍ਰੋਗਰਾਮ ਹੈ, ਅਸੀਂ ਉਹ ਪ੍ਰੋਗਰਾਮ ਕਰਨਾ ਹੈ। ਸਾਡਾ ਜ਼ਿਲ੍ਹਾ ਪੱਧਰ ਤੇ ਪੰਜਾਬ ਪੱਧਰ ਦੇ ਧਰਨੇ ਹੈ, ਇਹ ਕੁੱਲ ਮੰਨੀਆਂ ਹੋਈਆਂ ਜਿਹੜੀਆਂ ਸਰਕਾਰ ਨੇ ਸਾਡੀਆਂ ਮੰਗਾਂ ਮੰਨੀਆਂ ਹੋਈਆਂ ਨੇ ਉਹਨਾਂ ਨੂੰ ਲਾਗੂ ਕਰਾਉਣ ਦੀ ਖਾਤਰ ਹੈ। ਜਿਹੜੀਆਂ ਜਨਰਲ ਮੰਗਾਂ ਨੇ ਉਹਨਾਂ ਨੂੰ ਅਸੀਂ ਨੇ ਉਹ ਸੰਘਰਸ਼ ਦੇ ਰੂਪ ਦੇ ਵਿੱਚ, ਉਹ ਮੰਗ ਪੱਤਰ ਦੇ ਰੂਪ ਵਿੱਚ ਅਸੀਂ ਦੇ ਰਹੇ ਹਾਂ ਸਰਕਾਰ ਨੂੰ। ਇਹਦੇ ਵਿੱਚ ਕਰਜ਼ੇ ਵਾਲੀ ਜਿਹੜੀ ਮੰਗ ਹੈ ਉਹ ਸਭ ਤੋਂ ਅੱਗੇ ਹੈ, ਜਿਹੜੀ ਕਰਜ਼ੇ ਦੀਆਂ ਮਾਰੀਆਂ ਹੋਈਆਂ ਕਿਸਾਨੀਆਂ ਜਿਹੜੀ ਉਹ ਖੁਦਕੁਸ਼ੀਆਂ ਕਰ ਰਹੀ ਹੈ, ਮਜ਼ਦੂਰ ਖੁਦਕੁਸ਼ੀਆਂ ਕਰ ਰਹੀਆਂ ਨੇ, ਉਹ ਜਿਹੜਾ ਖੁਦਕੁਸ਼ੀਆਂ ਦਾ ਮੁਆਵਜ਼ੇ ਵਾਲੀ ਮੰਗ ਹੈ ਉਹ ਸਾਡੀ ਬਰਕਰਾਰ ਸਰਕਾਰ ਦੀ ਮੰਨੀ ਹੋਈ ਮੰਗ ਹੈ, ਉਹ ਅੱਜ ਤੱਕ ਲਾਗੂ ਨਹੀਂ ਕੀਤੀ। ਕਰਜ਼ਾ ਕਾਨੂੰਨ ਬਣਾਉਣ ਦੀ ਮੰਗ ਮੰਨੀ ਹੋਈ ਹੈ ਸਰਕਾਰ ਨੇ, ਉਹ ਅੱਜ ਤੱਕ ਲਾਗੂ ਨਹੀਂ ਕੀਤੀ। ਜਿਹੜੀਆਂ ਇਹ ਮਾਈਆਂ ਸਾਡੇ ਇਕੱਠਾਂ 'ਚ ਆਈਆਂ ਨੇ, ਜਿਹਨਾਂ ਕੋਲ ਫੋਟੋਆਂ ਨੇ ਖੁਦਕੁਸ਼ੀਆਂ ਕੀਤੀਆਂ ਪਰਿਵਾਰਾਂ ਦੀਆਂ, ਇਹ ਇਹਨਾਂ ਦੇ ਜਾਂ ਪਤੀ ਨੇ ਜਾਂ ਭਰਾ ਨੇ ਜਾਂ ਪੁੱਤਰ ਨੇ, ਉਹਨਾਂ ਦੀਆਂ ਖੁਦਕੁਸ਼ੀਆਂ ਦੇ ਇਹਨਾਂ ਦੇ ਮੁਆਵਜ਼ਾ ਲੈਣ ਦੀ ਖਾਤਰ ਇਹਨਾਂ ਨੇ ਲਗਭਗ ਫਾਰਮ ਦਿੱਤੇ ਹੋਏ ਨੇ, ਡੀਸੀ ਸਾਹਿਬ ਕੋਲ ਫਾਰਮ ਗਏ ਹੋਏ ਨੇ। ਅਜੇ ਤੱਕ ਸੰਗਰੂਰ ਜ਼ਿਲ੍ਹੇ ਨੂੰ ਇੱਕ ਵੀ ਕਿਸਾਨ ਨੂੰ ਮੁਆਵਜ਼ਾ ਨਹੀਂ ਮਿਲਿਆ ਜਦੋਂ ਦੇ ਇਹ ਫਾਰਮ ਅਸੀਂ ਜਮ੍ਹਾਂ ਕਰਵਾਏ ਨੇ। ਬਠਿੰਡੇ ਵਾਲੇ ਘੋਲ ਤੋਂ ਬਾਅਦ ਕੁਛ ਮੁਆਵਜ਼ਾ ਮਿਲਿਆ ਸੀ, ਜਿਹੜਾ ਸਰਕਾਰ ਨੇ ਪਹਿਲਾਂ ਪੇਮੈਂਟ ਕੀਤੀ ਹੈ ਉਹ 2-2 ਲੱਖ ਰੁਪਇਆ ਪੇਮੈਂਟ ਹੋਇਆ, ਨਵੀਆਂ ਲਿਸਟਾਂ ਦੇ ਵਿੱਚ ਕੋਈ ਪੇਮੈਂਟ ਅਜੇ ਤੱਕ ਨਹੀਂ ਹੋਈ। ਇਸ ਕਰਕੇ ਉਹ ਮੰਗ ਨੂੰ ਲੈ ਕੇ ਇੱਥੇ ਜਿਹੜੀਆਂ ਮਾਈਆਂ ਨੇ ਉਹ ਫੋਟੋਆਂ ਲੈ ਕੇ ਆਈਆਂ ਨੇ, ਉਹਨਾਂ ਦੀ ਦਰਦ ਕਹਾਣੀਆਂ ਉਹ ਸੁਣਨ ਵਾਲੀ ਹੈ। ਕਰਜ਼ੇ ਦੀ ਮਾਰ ਹੇਠ ਕਿਸਾਨ ਆਏ ਹੋਏ ਨੇ, ਅਸੀਂ ਇਹਨਾਂ ਮੰਗਾਂ 'ਤੇ ਲੈ ਕੇ ਕਰਜ਼ੇ ਦੀ ਦੇ ਸੰਬੰਧ 'ਚ ਕਰਜ਼ਾ ਖਤਮ ਕਰੋ, ਕਰਜ਼ਾ ਕਾਨੂੰਨ ਬਣਾਓ, ਕਰਜ਼ਾ ਮੁੜ ਕੇ ਨਾ ਚੜ੍ਹੇ ਖੇਤੀ ਨੀਤੀ ਬਣਾਓ, ਇਹ ਖੁਦਕੁਸ਼ੀਆਂ ਦੇ ਪਰਿਵਾਰਾਂ ਦੇ ਜਿਹੜੇ ਨੁਕਸਾਨ ਹੋ ਗਏ ਉਹਨਾਂ ਨੂੰ ਮੁਆਵਜ਼ੇ ਦੇ ਰੂਪ ਜਿਹੜੀ ਰਾਸ਼ੀ ਸਰਕਾਰ ਨੇ ਐਲਾਨ ਕੀਤੀ ਹੈ ਘੱਟੋ ਘੱਟ ਇਹ ਦੇਵੇ। ਮੰਗ ਸਾਡੀ 5 ਲੱਖ ਦੀ ਹੈ, ਹੁਣ ਅਸੀਂ 10 ਲੱਖ 'ਤੇ ਆ ਗਏ ਹਾਂ ਕਿਉਂਕਿ ਹੁਣ ਮਹਿੰਗਾਈ ਜ਼ਿਆਦਾ ਹੋਊਗੀ। ਇਸ ਕਰਕੇ ਜਿਹੜੀਆਂ ਨੇ ਇਹ ਮੰਗਾਂ ਨੂੰ ਸਾਡਾ ਸੰਘਰਸ਼ ਜਾਰੀ ਹੈ ਸਾਰੇ ਪੰਜਾਬ। 2001 'ਚ ਸਾਡੀ ਫਸਲ ਮਰਨ ਦੇ ਕਾਰਨ ਮੇਰੇ ਘਰ ਵਾਲੇ ਨੂੰ ਦਿਮਾਗੀ ਟੈਂਸ਼ਨ ਪੈ ਗਈ। ਦਿਮਾਗੀ ਟੈਂਸ਼ਨ ਪਈ ਤੋਂ ਬਾਅਦ ਅਸੀਂ ਬਹੁਤ ਉਹਦਾ ਇਲਾਜ ਕਰਾਇਆ, ਬਹੁਤ ਉਹਦੇ ਮਗਰ ਫਿਰੇ। ਜਦ ਸਾਡੇ ਘਰ ਲੈਣੇ ਦੇਣੇ ਵਾਲੇ ਜ਼ਿਆਦਾ ਆਉਣ ਲੱਗੇ ਤਾਂ ਉਹਨਾਂ ਨੇ ਉਸੇ ਖੇਤ ਵਿੱਚ ਜਾ ਕੇ ਸਪਰੇਅ ਪੀ ਲਈ। 2001 ਦੇ ਵਿੱਚ ਜੀ 18 ਸਾਲ ਹੋ ਗਏ ਮੈਨੂੰ ਕੁਛ ਨਹੀਂ ਮਿਲਿਆ।
ਮਿਲਿਆ ਅੱਜ ਤੱਕ, ਕੋਈ ਵੀ ਸਹਾਇਤਾ ਨਹੀਂ ਮਿਲੀ ਹੈਗੀ ਕਿਸੇ ਤਰ੍ਹਾਂ ਦੀ ਵੀ, ਕੋਈ ਨਾ ਮੇਰੇ ਬੱਚੇ ਨੂੰ ਨੌਕਰੀ, ਨਾ ਮੈਨੂੰ ਕੋਈ ਪੈਸਾ, ਮੈਨੂੰ ਹੁਣ ਤੱਕ ਕੁਛ ਨਹੀਂ ਮਿਲਿਆ। ਸਰਕਾਰ ਤਾਂ ਇੰਨੇ ਦਾਅਵੇ ਕਰਦੀ ਵੀ ਮੁਆਵਜ਼ਾ ਦੇਵਾਂਗੇ, ਕੋਈ ਚੀਜ਼ ਨਹੀਂ ਮੈਨੂੰ ਮਿਲੀ ਹੈਗੀ। ਮੈਂ ਸ਼ਾਜਲੀ ਦੇ ਰਹਿਣ ਵਾਲੀ ਆ, ਪਰਮਜੀਤ ਸਮਰਾਵਾਂ ਪੱਤੀ ਚ ਘਰ ਆ ਮੇਰਾ। ਮੇਰੇ ਪਤੀ ਨੂੰ 2001 ਦੇ ਵਿੱਚ ਉਹਦੀ ਮੌਤ ਹੋਈ ਆ, ਖੁਦਕੁਸ਼ੀ ਕਰੀ ਆ ਉਹਨੇ, ਮੈਨੂੰ ਕੁਛ ਨਹੀਂ ਮਿਲਿਆ। ਜਿੱਥੇ ਮਰਜ਼ੀ ਕਹੋ ਮੈਂ ਕਹਿ ਸਕਦੀ ਹਾਂ। ਫਿਲਹਾਲ ਕਿਸਾਨ ਆਰਥਿਕ ਸੰਕਟ ਵਿੱਚ ਜੂਝ ਕੇ ਮਰ ਰਿਹਾ। ਦੂਜੇ ਪਾਸੇ ਕਿਸਾਨਾਂ ਦੇ ਪਰਿਵਾਰਕ ਮੈਂਬਰ ਸਰਕਾਰ ਤੋਂ ਸਹਾਇਤਾ ਦੀ ਉਮੀਦ ਲੈ ਕੇ ਸੜਕਾਂ 'ਤੇ ਧੱਕੇ ਖਾ ਰਹੇ ਨੇ। ਦੇਖਣਾ ਇਹ ਹੈ ਕਿ ਇਹਨਾਂ ਕਿਸਾਨਾਂ ਦੀ ਬਾਂਹ ਸਰਕਾਰ ਆਖਿਰ ਕਦੋਂ ਫੜਦੀ ਹੈ। ਸੰਗਰੂਰ ਤੋਂ ਜਗਤਾਰ ਬਾਬਾ ਦੀ ਰਿਪੋਰਟ, ਪੈਰੇਦਾ TV।